ਸਾਰਿਆਂ ਨੂੰ ਪਿਆਰ ਬੜੀ ਸਾਸਰੀਆ ਕਾਲ ਅੱਜ ਵੀ ਬਣਾਉਣ ਚੱਲਾ ਵਲੌਗ ਅੱਜ ਅੱਜ ਆ ਮੈਂ ਇੰਨੇ ਦਿਨਾਂ ਤੋਂ ਵਲੌਗ ਨਹੀਂ ਬਣਾਇਆ ਕਿ ਮੇ ਪੇਪਰ ਚੱਲਦੇ ਵੇਲੇ ਫਾਈਨਲ ਪੇਪਰ ਹੋ কাল ਮੈਂ ਲਾਸਟ ਪੇਪਰ ਸੀ ਮम्मा ਨੇ ਮੈਨੂੰ ਪੀਜ਼ਾ ਖਿਲਵਾਇਆ ਸੀ ਮੈਨੂੰ ਬਹੁਤ ਖੁਸ਼ੀ ਹੋਈਆ ਹੁਣਾਲੇ ਮਤਲਬ ਮੀ ਪੈਂਦਾ ਪਿਆ ਆ ਮਤਲਬ ਕੱਲ੍ਹ ਵੀ ਪਿਆਸੀ ਅੱਜ ਤਾਂ ਰਾਤ ਤੋਂ ਹੀ ਪੀ ਜਾਂਦਾ ਆ ਹੋਰ ਨੂੰ ਸਵਾ ਕਹਿੰਦੇ ਪੀਸੀ ਦੋ ਦਿਨ ਲਗਾਤਾਰ ਮੀ ਪੂਗਾ ਉਹ ਤਾਂ ਫਿਰ ਚਲੋ ਪਰ ਮੀ ਦੇ ਕੁਝ ਮਤਲਬ ਬੈਨੀਫਿਟਸ ਵੀ ਹੁੰਦੇ ਆ ਕੁਝ ਨੁਕਸਾਨ ਵੀ ਹੁੰਦੇ ਆ ਕਿ ਫਸਲਾਂ ਕੀ ਜਦੋਂ ਫਸਲਾਂ ਨੂੰ ਚੋਣਦੀ ਹੈ ਮੀ ਦੇ ਉਦੋਂ ਮੀ ਹੁੰਦਾ ਨਹੀਂ ਜਦੋਂ ਫਸਲਾਂ ਨੂੰ ਜਦੋਂ ਚਾ ਪੱਕ ਜਾਂਦੇ ਆ ਫਸਲਾਂ ਉਦੋਂ ਫਿਰ ਮੀ ਹੁੰਦਾ ਆ ਫੈਸਲੀ ਅ ਮਤਲਬ ਜਿੰਨੇ ਵੀ ਕਿਸਾਨ ਆ ਉਹਨਾਂ ਨੂੰ ਫਿਰ ਤੰਗੀ ਰਹਿੰਦੀ ਆ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਮਤਲਬ ਅਰ CCD ਮਤਲਬ ਆਮ ਲੋਕ ਆ ਉਹ ਤਾਂ ਨਹੀਂ ਜਾਣਗੇ ਬਾਅਦ ਜਿਹੜੇ ਜਨ ਕੁਛ ਬੰਦੇ ਤਾਂ ਜੇ ਜ਼ਰੂਰੀ ਹੋਣਾ ਉਹ ਤਾਂ ਜ਼ਰੂਰ ਜਾਣਗੇ ਪਰ ਮੈਨੂੰ ਪਤਾ ਕੁਛ ਬੰਦੇ ਤਾਂ ਕੁਛ ਬੰਦੇ ਚਾਹ ਦੇ ਨਾਲ ਪਕੌੜੇ ਖਾਣਗੇ ਪਹਿਲਾਂ ਮੈਂ ਵੀ ਖਾਣਾ ਸੀ ਜਦੋਂ ਮੈਂ ਪਹਿਲਾਂ ਰਹਿਣਾ ਸੀ ਪਹਿਲਾਂ ਮੈਂ ਮੰਮਾ ਨੂੰ ਕਹਿਣਾ ਹੁੰਦਾ ਸੀ ਮੈਨੂੰ ਪਕੌੜੇ ਖਿਲਵਾਓ ਹੁਣ ਮੈਂ ਖਾਣਾ ਵੀ ਸੀ ਪਕੌੜੇ ਮੈਨੂੰ ਵਧੀਆ ਲੱਗਦੇ ਸੀ ਪਕੌੜੇ ਜਦੋਂ ਰੇਨਿੰਗ ਤੇ ਹੁੰਦਾ ਸੀ ਹਾਂ ਫਿਰ ਹੁਣ ਮੈਂ ਤੁਹਾਨੂੰ ਵੇਰ ਦੇ ਦਿਖਾ ਹੀ ਦੇਣਾ ਜਿੱਦੇ ਪਿਓ ਐ ਐ ਨਮ ਐ ਨਮ ਮੀ ਮੀ ਤਾਂ ਪੈਂਦਾ ਪਿਆ ਪਟਿਆਲੇ ਚ ਤੁਸੀਂ ਦੇਖਦੇ ਪਿਆ ਮੌਸਮ ਪਟਿਆਲੇ ਦਾ ਹੋਰ ਕਮੈਂਟ ਆ ਜਰੂਰ ਦੱਸਿਓ ਕਿਹੜੀ ਸਿਟੀ ਚ ਮੀ ਮੈਂ ਪੈਂਦਾ ਪਿਆ ਹਾਂ ਹੋਰ ਮੈਂ ਵੀ ਦੇਖਿਆ ਫੇਕੀ ਕਿਹੜੀ ਸਿਟੀ ਚ ਮੀ ਪੈਂਦਾ ਪਿਆ ਆ ਕੀ ਗੱਲ ਕੋਈ ਪਤਾ ਨਹੀਂ ਹੁੰਦਾ ਕਿਹੜੀ ਕਿਹੜੀਆਂ ਸਿਟੀਆਂ ਚ ਮੀ ਪੈਂਦਾ ਹੋਵੇ ਚਲੋ ਤੁਸੀਂ ਦੇਦੇ ਪਿਓ ਹੈ ਚੜਾ ਬਟਾ ਆ ਜਾ ਤਾਂ ਮੌਸਮ ਹੈ ਮੇ ਜਾਈਆ ਰੈਣੀ 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 ਆ ਆਰੇ ਹਵਾ ਵੀ ਚੱਲਦੀ ਪਈ ਬੜੀ ਸੋਨੀ ਮੈਂ ਨੂੰ ਵਧੀਆ ਲੱਗਦਾ ਪਿਆ ਵਰੀ ਸੋਹਣੀ ਹਵਾ ਚੱਲਦੀ ਪਈ ਆ ਹੋਰ ਬੜੀ ਸੋਹਣੀ ਹਵਾ ਚੱਲਦੀ ਪਈ ਆ ਅੱਜ ਦਾ ਵਲੌਗ ਇੱਥੇ ਖਤਮ ਕਰਨ ਚੱਲੇ ਆਇਆ ਆ ਹਾਲ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ గుਡ ਬਾਏ ਬਾਏ ਬਾਟਾ ਸੀ ਯੂ గుਡ ਬਾਏ